ਉੱਤਰੀ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦੇ ਲਈ ਮੀਟਿੰਗਾਂ ਦਾ ਦੌਰ ਜਾਰੀ ਹੈ। 2019 ਦੀਆਂ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਆਪਣਾ ਸਮਰਥਨ ਦੇਣ ਦੇ ਲਈ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਦੇ ਲਈ ਸੀਨੀਅਰ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਆਫ IOC ਅਤੇ ਚੇਅਰਮੈਨ ਫਾਈਨੈਂਸ ਕਮੇਟੀ IOC ਰਵੀ ਚੋਪੜਾ ਦੇ ਘਰ ਇੱਕ ਪਲੇਠੀ ਮੀਟਿੰਗ ਰੱਖੀ ਗਈ, ਜਿਸ ਵਿੱਚ ਲੋਕਲ ਕਾਂਗਰਸ ਲੀਡਰ, IOC ਦੇ ਪ੍ਰੈਜ਼ੀਡੈਂਟ ਮੋਹਿੰਦਰ ਸਿੰਘ ਗਿਲਜੀਆਂ, ਹਰਿਆਣਾ ਚੈਪਟਰ ਦੇ ਪ੍ਰਧਾਨ ਚਰਨ ਸਿੰਘ ਪ੍ਰੇਮਪੁਰਾ, ਤੇਲੰਗਾਨਾ ਚੈਪਟਰ ਦੇ ਪ੍ਰਧਾਨ ਅਤੇ ਹੋਰਨਾਂ ਸਾਰੇ ਚੈਪਟਰਾਂ ਦੇ ਪ੍ਰਧਾਨਾਂ ਨੇ ਸ਼ਿਰਕਤ ਕੀਤੀ। ਤੁਹਾਨੂੰ ਦੱਸ ਦਈਏ ਕਿ ਇਹ ਕੈਂਪੇਨਿੰਗ ਪੂਰੇ ਅਮਰੀਕਾ ਦੇ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਰਵੀ ਚੋਪੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਪਾਰਟੀ ਨੂੰ ਸਮਰਥਨ ਦੇਣ ਦੇ ਲਈ ਅਮਰੀਕਾ ਤੋਂ ਨੁਮਾਇੰਦੇ ਵੀ ਭਾਰਤ ਭੇਜ ਰਹੇ ਹਾਂ, ਕਿਉਂਕਿ ਅਗਰ ਅਸੀਂ ਅੱਜ ਅਮਰੀਕਾ ਦੇ ਵਿੱਚ ਸੈਟਲ ਡਾਊਨ ਹਾਂ ਤਾਂ ਸਿਰਫ ਕਾਂਗਰਸ ਪਾਰਟੀ ਦੇ ਕਾਰਨ। ਇਹ ਸਨ ਸ਼ਬਦ ਰਵੀ ਚੋਪੜਾ ਦੇ, ਤਾਂ ਤੁਹਾਨੂੰ ਆਓ ਸੁਣਾਉਂਦੇ ਹਾਂ ਕਿ ਰਵੀ ਚੋਪੜਾ ਨੇ ਹੋਰ ਕੀ ਕੁਝ ਕਿਹਾ ਇਸ ਮੀਟਿੰਗ ਦੇ ਦੌਰਾਨ। And we want to, the person who comes in power, our leader Rahul Gandhi, because he like everyone. He is not on one majority votes. He want everyone, any religions and no caste system. So they support to everyone. So we want to, this time, definitely Rahul Gandhi, because he is running since 30 years to become in this position. So this is the time we have to support him to become next PM for India. So that make a lot different for India. So bring them back to in power and also the value for India again. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਪਣਾ ਪੰਜਾਬ ਮੀਡੀਆ ਗਰੁੱਪ ਵੱਲੋਂ 550 ਪੇਜਾਂ ਦਾ ਕਲਰਫੁੱਲ ਇੰਟਰਨੈਸ਼ਨਲ ਇਤਿਹਾਸਿਕ ਸਪਲੀਮੈਂਟ 2019 ਕੱਢਿਆ ਜਾ ਰਿਹਾ ਹੈ। ਇਸ ਅਨੋਖੇ ਉਪਰਾਲੇ ਦੇ ਲਈ ਤੁਸੀਂ ਆਪਣੇ ਪੇਜ ਨੂੰ ਅੱਜ ਹੀ ਬੁੱਕ ਕਰਵਾਓ। ਆਪਣਾ ਪੰਜਾਬ ਮੀਡੀਆ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਲਈ ਆਪਾਂ ਨਾਮ ਦਾ ਪੋਰਟਲ ਲੈ ਕੇ ਆਇਆ ਹੈ, ਜਿਸ ਤੇ ਤੁਸੀਂ ਫ੍ਰੀ ਮੈਂਬਰ ਬਣ ਸਕਦੇ ਹੋ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਭਾਈਚਾਰੇ ਦੀ ਹਰ ਖਬਰ ਤੋਂ ਜਾਣੂ ਹੋ ਸਕਦੇ ਹੋ। ਇਸੇ ਦੇ ਨਾਲ ਹੀ ਇਸ ਪਲੇਟਫਾਰਮ ਤੇ ਸੋਸ਼ਲ ਸਰਵਿਸ ਵੀ ਕੀਤੀ ਜਾਂਦੀ ਹੈ ਤੇ ਇਸ ਨੂੰ ਭਰਮਾ ਹੁੰਗਾਰਾ ਦਿਓ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਵੱਧ ਤੋਂ ਵੱਧ ਮੈਂਬਰ ਬਣੋ, ਕਿਉਂਕਿ ਇਸ ਦੇ ਮੈਂਬਰ ਤੁਹਾਨੂੰ ਬਿਲਕੁਲ ਹੀ ਫ੍ਰੀ ਬਣਾਇਆ ਜਾਏਗਾ। ਆਪਣਾ ਪੰਜਾਬ ਅਲਾਇੰਸ ਦੀ ਲੌਗਇਨ ਕਰੋ www.apnapunjaballiance.com ਤੇ।